ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਿਊਜ਼ਿਕ ਡਾਇਰੈਕਟਰ ਸੂਫੀ ਸਾਹਿਬ, ਔਰ ਇੱਕ ਗਾਣਾ ਰਿਲੀਜ਼ ਹੋਇਆ ਨਵਾਂ ਜਿਹਦਾ ਨਾਂ ਹੈਗਾ ਜੀ ਅਹਿਸਾਸ, ਔਰ ਮੇਰੇ ਬਹੁਤ ਹੀ ਪਿਆਰੇ ਸਟੂਡੈਂਟ ਸਿੰਮੂ ਧਾਲੀਵਾਲ ਜੋ ਰਾਜਸਥਾਨ ਤੋਂ ਨੇ, ਔਰ ਬਹੁਤ ਖੂਬਸੂਰਤ ਗਾਣਾ ਹੈ ਜੀ, ਰੋਮਾਂਟਿਕ ਸੌਂਗ ਹੈ, ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗਾ, ਔਰ ਅੱਗੇ ਵੀ ਆਪਾਂ ਬਹੁਤ ਵਧੀਆ ਵਧੀਆ ਗਾਣੇ ਕਰ ਰਹੇ ਜੀ। ਹਾਂਜੀ ਜੀ ਜੀ, ਇਹ ਜੀ ਇਹ ਹੈਗਾ ਜੀ ਰੋਮਾਂਟਿਕ ਸੌਂਗ ਹੈਗਾ ਜੀ। ਹਾਂਜੀ, ਮਿਊਜ਼ਿਕ ਤਾਂ ਕੰਪੋਜ਼ਰ ਮੇਰੀ ਹੈ, ਔਰ ਗਾਇਆ ਮੇਰੇ ਸਟੂਡੈਂਟ ਨੇ, ਲਿਰਿਕਸ ਉਹਦੇ ਸਿੰਮੂ ਧਾਲੀਵਾਲ। ਗਾਣੇ ਦਾ ਇੱਦਾਂ ਜੀ ਕਿ ਗਾਣੇ ਦੀ ਜਿਹੜੀ ਸ਼ੂਟ ਹੈ ਉਹ ਸਾਰੀ ਜੈਪੁਰ ਹੋਈ ਹੈ ਜੀ, ਰਾਜਸਥਾਨ ਦੇ ਵਿੱਚ, ਔਰ ਬਹੁਤ ਹੀ ਖੂਬਸੂਰਤ ਵੀਡੀਓ ਬਣੀ ਇਹਦੀ, ਔਰ ਬਣਨ ਨੂੰ ਆਈ ਥਿੰਕ 2-3 ਮਹੀਨੇ ਇਹਨੂੰ ਗਾਣੇ ਨੂੰ ਲੱਗ ਗਏ। ਇਹ ਵੀ ਮਾਲਕ ਦੀ ਕਿਰਪਾ ਹੈ ਜੀ ਕਿ ਲੋਕਡਾਊਨ ਤੋਂ ਪਹਿਲਾਂ ਆਪਾਂ ਸ਼ੂਟ ਕਰ ਲਿਆ ਸੀਗਾ। ਇਹ ਰੰਗਰੇਟਾ ਰਿਕਾਰਡਸ ਕੰਪਨੀ ਤੋਂ ਗਾਣਾ ਸਾਡਾ ਰਿਲੀਜ਼ ਹੋ ਰਿਹਾ ਜੀ, ਔਰ ਹੋ ਚੁੱਕਿਆ ਹੈ, ਔਰ ਯੂਟਿਊਬ 'ਤੇ ਰਿਲੀਜ਼ ਹੋ ਗਿਆ, ਬਾਕੀ ਬਹੁਤ ਜਲਦੀ ਦੀ ਟੀ ਵੀ ਚੈਨਲ 'ਤੇ ਵੀ ਐਡ ਲੱਗ। ਹਾਂਜੀ, ਮੁਸ਼ਕਿਲ ਤਾਂ ਕੋਈ ਨਹੀਂ, ਮਗਰ ਇਹ ਕਿ ਜੇ ਆਪਾਂ ਅੱਛਾ ਰਿਆਜ਼ ਕਰਦੇ ਹਾਂ, ਅੱਛਾ ਸਿੱਖਦੇ ਹਾਂ, ਅਤੇ ਮੇਰਾ ਸਟੂਡੈਂਟ ਹੈ ਜਿਹੜਾ ਸਿੰਮੂ ਧਾਲੀਵਾਲ, ਇਹਨੇ ਵਧੀਆ ਸਿੱਖਿਆ, ਮੇਰੇ ਤੋਂ ਤਾਲੀਮ ਲਿੱਤੀ, ਔਰ ਅੱਜ ਤੁਹਾਡੇ ਸਾਹਮਣੇ ਇਹਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਜੀ ਸਿੰਮੂ ਧਾਲੀਵਾਲ, ਮੈਂ ਸ਼੍ਰੀ ਗੰਗਾਨਗਰ ਰਾਜਸਥਾਨ ਦਾ ਰਹਿਣ ਵਾਲਾ ਜੀ, ਅਤੇ ਅੱਜ ਮੇਰਾ ਇੱਕ ਗਾਣਾ ਰਿਲੀਜ਼ ਹੋ ਰਿਹਾ ਜਿਹਦਾ ਨਾਮ ਹੈ ਅਹਿਸਾਸ, ਅਤੇ ਅਹਿਸਾਸ ਉਹਨਾਂ ਲੋਕਾਂ ਲਈ ਹੈ ਜਿਹੜੇ ਪਿਆਰ ਕਰਦੇ ਨੇ ਇੱਕ ਦੂਜੇ ਨੂੰ, ਅਤੇ ਬੜਾ ਹੀ ਪਿਆਰਾ ਸੌਂਗ ਹੈ, ਯੂਟਿਊਬ 'ਤੇ ਆ ਚੁੱਕਿਆ, ਅਤੇ ਤੁਸੀਂ ਸਾਰੇ ਜਣੇ ਯੂਟਿਊਬ 'ਤੇ ਸੁਣੋ, ਅਤੇ ਬਹੁਤ ਹੀ ਪਿਆਰਾ ਸੌਂਗ ਹੈ ਜੀ। ਇਹਦੇ 'ਚ ਲਿਰਿਕਸ ਮੇਰੇ ਖੁਦ ਦੇ ਲਿਖੇ ਹੋਏ ਨੇ ਜੀ, ਅਤੇ ਇਹਨੂੰ ਡਾਇਰੈਕਟ ਵੀ ਮੈਂ ਖੁਦ ਹੀ ਕੀਤਾ। ਐਕਸਪੀਰੀਅੰਸ ਨਹੀਂ ਹੈ ਇਸ ਚੀਜ਼, ਇਹ ਮੈਂ ਪਰਮੇਸ਼ਵਰ ਮੈਂ ਜੀ ਉਹਨਾਂ ਤੋਂ ਬੜਾ ਇੰਸਪਾਇਰ ਹੋਇਆ ਇਸ ਗੱਲ ਲਈ ਕਿ ਉਹ ਸਿੰਗਿੰਗ ਵੀ ਕਰਦੇ ਨੇ, ਅਤੇ ਆਪਣਾ ਸੌਂਗ ਵੀ ਡਾਇਰੈਕਟ ਕਰਦੇ, ਵੀਡੀਓ ਡਾਇਰੈਕਟ ਕਰਦੇ ਨੇ, ਅਤੇ ਮੈਂ ਇਸ ਗੱਲ ਤੋਂ ਬੜਾ ਇੰਸਪਾਇਰ ਹੋਇਆ, ਅਤੇ ਮੈਂ ਸਿੰਗਿੰਗ ਵੀ ਕਰ ਰਿਹਾ, ਅਤੇ ਆਪਣਾ ਵੀਡੀਓ ਡਾਇਰੈਕਸ਼ਨ ਦਾ ਫਿਰ ਮੈਂ ਕੋਰਸ ਕੀਤਾ ਇਸ ਲਈ। ਇਸ ਗਾਣੇ ਦੇ ਵਿੱਚ ਜਿਹੜੇ ਮੇਲ ਐਕਟਰ ਅਤੇ ਮੈਂ ਖੁਦ ਹੀ ਹਾਂ, ਅਤੇ ਜਿਹੜੇ ਫੀਮੇਲ ਨੇ ਉਹ ਚੰਚਲ ਸਿੰਘ ਰਾਜਪੂਤ ਤੋਂ ਜੈਪੁਰ ਰਾਜਸਥਾਨ ਤੋਂ ਨੇ। ਗਾਣਾ ਅਸੀਂ ਜੈਪੁਰ ਦੇ ਵਿੱਚ ਸ਼ੂਟ ਕੀਤਾ, ਅਤੇ ਅਸੀਂ ਇੱਕ ਦਿਨ ਦੇ ਵਿੱਚ ਹੀ ਸ਼ੂਟ ਖਤਮ ਕਰਤਾ ਜੀ, ਹਲੇ ਉਮੀਦ ਹੈ ਚੱਲ ਰਿਹਾ। ਅੱਲਾ ਜਿੰਨਾ ਤੇਰਾ ਅਹਿਸਾਸ ਵੇ, ਪਾਕ ਤੇ ਪਵਿੱਤਰ ਮੈਂ ਪਿਆਰ ਪਾ ਲਿਆ। ਅੱਲਾ ਜਿੰਨਾ ਤੇਰਾ ਅਹਿਸਾਸ ਵੇ, ਪਾਕ ਤੇ ਪਵਿੱਤਰ ਮੈਂ ਪਿਆਰ ਪਾ ਲਿਆ ਜੀ। ਬਾਕੀ ਤੁਸੀਂ ਪੂਰਾ ਗਾਣਾ ਯੂਟਿਊਬ 'ਤੇ ਜਾ ਕੇ ਸੁਣੋ ਜੀ। ਅੱਗੇ ਇੱਕ ਮੈਂ ਬੀਟ ਸੌਂਗ ਲੈ ਕੇ ਆ ਰਿਹਾ, ਜੋ ਉਹ ਵੀ ਰੋਮੈਂਟਿਕ ਹੀ ਬੀਟ ਸੌਂਗ ਹੈ, ਉਸ ਨੂੰ ਹਲੇ ਥੋੜ੍ਹਾ ਟਾਈਮ ਲੱਗੇਗਾ, ਕੁਛ 5-6 ਮਹੀਨੇ ਦਾ ਟਾਈਮ।